ਆਈ ਮਾਮਕੋਟ ਦੀ ਇਮਦਾਦ ਕਰ ਦਿਓ। ਮਿਹਰਬਾਨੀ ਕਰਕੇ ਵੀਰਾਂ ਨੂੰ ਆ ਮੋਮਨਾ ਬਾਈਆਂ ਨੂੰ ਇਤਲਾਹ ਦਿੱਤੀ ਜਾਂਦੀ ਹੈ ਇਮਾਮਕੋਟ ਦੀ ਇਮਦਾਦ ਕਰ ਲਓ। ਦੁਆ ਬਰੇ ਹੁਜਤ ਖੁਦਾ ਬਿਸਮਿਲ੍ਲਾਹਿ ਰਹਿਮਾਨ ਰਹੀਮ ਅੱਲਾਹੁਮਾ ਕੁੱਲ ਵਲੀ ਅਕਲ ਹੁਜਤ ਸਲਵਾਤੁਕਾ ਅਲੈਹਿ ਵਅਲਾ ਅਬੀ ਫੀ ਆਜ਼ੀ ਸਾਤਿ ਮਫੀ ਕੁੱਲ ਸਾਤ ਮਿਨ ਸਾਤ ਅੱਲੈਲ ਵਨਹਾਰ ਵਲੀਯਮ ਵਹਾਫਿਜ਼ਮ ਵਕਾਇਦਮ ਵਨਾਸਿਰਮ ਦਲੀਲਮ ਵਨ ਹਤਾ ਤੁਸਕਨਹੁ ਅਰਜ਼ਕ ਤੁਮ ਬਤਮਤੇ ਅਹੁ ਫੀ ਹਤਵਲ ਰਬ ਮੁਹੰਮਦ ਵ ਆਲ ਮੁਹੰਮਦ ਵਾਜਲ ਫਜ਼ਲ ਇਮਾਮ ਸੰਦਾਤ ਦਰੂਦ ਬਰ ਮੁਹੰਮਦ ਵਾਲ ਬੈਤ ਮੁਹੰਮਦ ਮਾਸ਼ਾਅੱਲਾ ਨਾਰੇ ਤਕਬੀਰ ਖਾਲਿਕ ਅਕਬਰ ਦਾ ਨਾਮ ਬੁਲੰਦ ਹੈ ਉੱਚਾ ਚਾਓ ਨਾਰੇ ਤਕਬੀਰ ਨਾਰੇ ਰਿਸਾਲਤ ਨਾਰੇ ਰਿਸਾਲਤ ਮਿਲਕ ਨਾਮੇ ਅਮੀਰ ਦੀ ਗੂੰਜ ਆਵੇ ਨਾਰਾ ਹੈਦਰੀ ਵੱਲ ਨਾਰੇ ਹੈਦਰੀ ਹੁਸੈਨੀਅਤ ਯਜ਼ੀਦੀਅਤ ਆਲ ਮੁਹੰਮਦ ਦੇ ਦੁਸ਼ਮਣਾਂ ਤਲਾਨਤ ਪਾਕ ਬੀਬੀ ਦੇ ਕਾਤਲਾਂ ਤਲਾਨਤ ਮਿਲ ਕੇ ਸਲਵਾਤ ਆਲ ਮੁਹੰਮਦ ਦੀ ਅਜ਼ਮਤ ਤੇ ਬੁਲੰਦ ਆਵਾਜ਼ ਦਾ ਪੜੋ। ਦਹਿਲੀਜ਼ ਅਹਿਲ ਬੈਤ ਸੇ ਕਰਕੇ ਸਵਾਲ ਮੰਗ ਬਿਲਾ ਤਖੀਰ ਨੌਕਰੀ ਸ਼ੁਰੂ। ਮਾਲਿਕ ਬਾਨੀਆਂ ਦੇ ਰਿਜ਼ਕ ਵਿੱਚ ਇਜ਼ਾਫਾ ਫਰਮਾਵੇ। ਮਾਲਿਕ ਤੁਹਾਡਾ ਟੁਰਾਇਆ ਕਬੂਲ ਫਰਮਾਵੇ। ਭਾਈਜਾਨ ਨਾਲ ਵਾਅਦਾ ਹੀ ਇੰਜੇ ਆਈ ਅਤੇ ਮੈਨੂੰ ਆਖਿਆ ਮੈਂ ਜਿਸ ਟਾਈਮ ਤੇਰੀ ਮਰਜ਼ੀ ਕਰੇ ਤੂੰ ਮੈਨੂੰ ਪੜ੍ਹਾ ਲੈ, ਕਿਉਂਕਿ ਘਰ ਵਾਲੀਆਂ ਮਜਲਸਾਂ ਜ਼ਿਆਦਾ ਦੇਰ ਜਨਾਬ ਨੂੰ ਤਕਲੀਫ ਨਹੀਂ ਦੇਵਣੀ। ਮਸ਼ਵਰਾ ਹੈ 4 ਸਤਰਾਂ 'ਚ ਦਹਿਲੀਜ਼ ਅਹਿਲ ਬੈਤ ਸੇ ਕਰਕੇ ਸਵਾਲ ਮੰਗ ਬੇਗੌਰ ਮੇਰੇ ਪਾਸੇ ਦਹਿਲੀਜ਼ ਅਹਿਲ ਬੈਤ ਸੇ ਕਰਕੇ ਸਵਾਲ ਮੰਗ ਜਿਸ ਚੀਜ਼ ਕਾ ਹੈ ਦੁਨੀਆ ਮੇਂ ਮਿਲਣਾ ਮਹਾਲ ਮੰਗ। ਵਾਹ ਭਾਈ ਵਾਹ, ਸਲਾਮਤ ਰਹੋ। ਦਹਿਲੀਜ਼ ਅਹਿਲ ਬੈਤ ਸੇ ਕਰਕੇ ਸਵਾਲ ਮੰਗ ਸਾਨੂੰ ਮੰਗਣ ਕੋ ਮੈਂ ਇਸ ਦਰ ਤੂੰ ਮਲੈਕਾ ਮੰਗਦੇ ਨੇ। ਮਸ਼ਵਰਾ ਹੈ ਦਹਿਲੀਜ਼ ਅਹਿਲ ਬੈਤ ਸੇ ਕਰਕੇ ਸਵਾਲ ਮੰਗ ਜਿਸ ਚੀਜ਼ ਕਾ ਹੈ ਦੁਨੀਆ ਮੇਂ ਮਿਲਣਾ ਮਹਾਲ ਮੰਗ। ਮਸ਼ਵਰਾ ਕਿਆ ਹੈ? ਮੈਂ ਪਿਆਨਾ ਜੰਨਤ ਨਾ ਮੰਗ। ਹਰ ਬੰਦੇ ਦੀ ਖਾਹਿਸ਼ ਹੈ ਜੰਨਤ ਜੰਨਤ ਜੰਨਤ, ਮੈਂ ਪਿਆਦਾ ਜੰਨਤ ਨਾ ਮੰਗ। ਮੰਗ ਕੀ ਮੰਗ? ਜ਼ਿਆਰਤ ਹੁਸੈਨ ਕੀ। ਹੈਦਰੀ ਜੰਨਤ ਨਾ ਮੰਗ, ਮੰਗ ਜ਼ਿਆਰਤ ਹੁਸੈਨ ਕੀ। ਖੈਰਾਤ ਮੰਗਣੀ ਹੈ ਤੋ ਫਿਰ ਬੇਮਿਸਾਲ ਮੰਗ। ਮਾਲਿਕ ਸਲਾਮਤ ਰੱਖੇ। ਇੱਕ ਸਲਵਾਤ ਮੇਰੇ ਸ਼ਬੀਰ ਦੀ ਅਜ਼ਮਤ ਤੋਂ ਪੜੋ ਬੁਲੰਦ ਵਾਂਗ ਮਿਸਲੇ ਮਾਤਾ ਵੱਲਾ ਬਿੱਲਾ ਸੁਮਤ ਅੱਲਾ ਸ਼ਰੀਕ ਸਮੇਂ ਮੈਂ ਸਿਰਫ ਦੁਆ ਦੀ ਖਾਤਰ ਪੜ੍ਹਦਾ ਪਿਆ, ਬਾਕੀ ਟਾਈਮ ਕੋਈ ਨਹੀਂ, ਬੜੀ ਦੇਰ ਹੋ ਗਈ ਬੈਠਿਆ। ਕਸੀਦਾ ਇੱਕ ਅੱਧਾ ਕੋ ਪੜ੍ਹਦੇ ਹਾਂ ਜੀ, ਬੇ ਮੇਰਾ ਹਿੱਸਾ ਵੀ ਪਾਕਾਂ ਦੀ ਬਾਰਗਾਹ 'ਚ ਹੋ ਜਾਵੇ। ਬੇ ਮੈਂ ਵੀ ਨੌਕਰੀ ਦਿੱਤੀ ਹੈ, ਹੋਰ ਪੜ੍ਹਨ ਵਾਲੀ ਗੁੰਜਾਇਸ਼ ਬਿਲਕੁਲ ਨਹੀਂ, ਬੜੀ ਦੇਰ ਹੋ ਗਈ ਬੈਠੇ। ਕਸੀਦਾ ਮਿਸਲੇ ਮਹਤਾਬ ਘੇਰਾ ਰਹਿਤਾ ਹੂੰ ਮੈਂ ਤਾਰੋਂ ਮੇਂ। ਗੱਲ ਜ਼ਰਾ ਤਵੱਜੋ ਨਾਲ ਸੁਣ ਲੈਣਾ, ਦਾਦ ਥੋੜ੍ਹੀ ਹੈ ਜ਼ਿਆਦਾ ਮੁਕੱਦਰ ਦੇ ਬਾਰੇ। ਮਿਸਲੇ ਮਹਤਾਬ ਘੇਰਾ ਰਹਿਤਾ ਹੂੰ ਮੈਂ ਤਾਰੋਂ ਮੇਂ। ਮਿਹਰਬਾਨੀ। ਮੈਂ ਆਖਿਆ ਮਿਸਲੇ ਮਹਤਾਬ ਘਿਰਾ ਰਹਿਤਾ ਹੂੰ ਮੈਂ ਤਾਰੋਂ। ਮੈਂ ਇੰਝ ਰਹਿਣਾ ਜਿਵੇਂ ਤਾਰਿਆਂ 'ਚ ਚੰਨ ਰਹਿਣਾ। 70 ਅਗਲੀ 'ਚ ਦੱਸਣਾ ਚਾਹੁੰਦਾ।
ਵੀ ਮੈਂ ਤਾਰਿਆਂ 'ਚ ਕਿਵੇਂ ਰਹਿਣਾ। ਮਿਸਲੇ ਮਹਤਾਬ ਘਿਰਾ ਰਹਿਤਾ ਹੂੰ ਮੈਂ ਤਾਰੋਂ ਮੇਂ। ਸ਼ਾਇਰ ਨੇ ਆਪਣੀ ਮਿਸਾਲ ਚੰਨ ਨਾਲ ਦਿੱਤੀ, ਵੱਧ ਸੁਣ ਲਓ। ਮਿਸਲੇ ਮਹਤਾਬ ਘਿਰਾ ਰਹਿਤਾ ਹੂੰ ਮੈਂ ਤਾਰੋਂ ਮੇਂ। ਕਿਵੇਂ? ਮਿਸਲੇ ਮਹਤਾਬ ਘਿਰਾ ਰਹਿਤਾ ਹੂੰ ਮੈਂ ਤਾਰੋਂ ਮੇਂ, ਮੇਰੀ ਹਰ ਸ਼ਾਮ ਗੁਜ਼ਰਤੀ ਹੈ ਆਜ਼ਾਦਾਰੋਂ ਮੇਂ। ਹੈਦਰੀ ਮਿਸਲੇ ਮਹਤਾਬ ਘਿਰਾ ਰਹਿਤਾ ਹੂੰ ਮੈਂ ਤਾਰੋਂ ਮੇਂ, ਮੇਰੀ ਹਰ ਸ਼ਾਮ ਗੁਜ਼ਰਤੀ ਹੈ ਆਜ਼ਾਦਾਰੋਂ ਮੇਂ। ਗੌਰ ਹੈ ਜੀ, ਤਾਰੋਂ ਮੇਂ ਆਜ਼ਾਦਾਰੋਂ ਮੇਂ। ਅਜ਼ਹਰ ਭਾਈ ਚਾਚਾ ਜੀ, ਅੱਗੇ ਇੱਕ ਲਫ਼ਜ਼ ਇਸਤੇਮਾਲ ਹੋਇਆ ਜੀ ਸੋਨਾ। ਇੱਕ ਸੋਨਾ ਹੁੰਦਾ ਹੈ ਗੋਲਡ ਪਾਵਣ ਵਾਲਾ, ਜਿਹੜਾ ਇਹ ਸੋਨਾ ਇਹ ਸਵਣ ਤੋਂ ਮੁਰਾਦ ਹੈ। ਤੌਜ਼ੀ ਨਹੀਂ ਕਰਦਾ, ਤਾਰੋਂ ਮੇਂ ਆਜ਼ਾਦਾਰੋਂ ਮੇਂ ਇਸ ਕਦਰ ਕੀਮਤੀ ਸੋਨਾ ਹੈ ਅਲੀ ਕਾ ਸੋਨਾ ਇਸ ਕਦਰ ਕੀ। ਮਿਹਰਬਾਨੀ, ਬੜੀ ਮਿਹਰਬਾਨੀ। ਇਸ ਕਦਰ ਕੀਮਤੀ ਸੋਨਾ ਹੈ ਅਲੀ ਕਾ ਕਦਰ ਕੀਮਤੀ ਸੋਨਾ ਹੈ ਅਲੀ ਕਾ ਸੋਨਾ। ਖੁਦ ਖੁਦਾ ਵੀ ਨਜ਼ਰ ਆਇਆ ਹੈ ਖਰੀਦਾਰੋਂ ਮੇਂ। ਮਿਹਰਬਾਨੀ ਜੀ, ਤਵੱਜੋ ਕਰਵਾਉਣੀ ਹੈ ਜੀ। ਜੀ ਉਹ ਹੋ ਗਈ, ਮਾਲਕ ਸਲਾਮਤ ਰੱਖੇ ਜੀ, ਜ਼ਿੰਦਗੀ ਦਰਾਜ਼ ਹੋਵੇ। ਕਸੀਦੇ ਇੱਕ ਦੋ ਜਨਾਬ ਨੂੰ ਸੁਣਾਵਣੇ, ਜਿਵੇਂ ਸੈਯਦ ਬਾਦਸ਼ਾਹ ਸੀ, ਮੈਂ ਮੈਂਬਰ ਉਹਨਾਂ ਦੇ ਹਵਾਲੇ ਕਰ ਸਾਂ। ਨੌਕਰੀ ਜ਼ਰੂਰੀ ਹੈ, ਵਾਜਬਾਤ ਸ਼ੁਮਾਰ। ਇੱਕ ਸਲਵਾਤ ਮੇਰੇ ਸ਼ਬੀਰ ਦੀ ਅਜ਼ਮਤ ਬੁਲਾਉਂਦਾ। ਚਲੋ ਕਸੀਦਾ ਨਿਗਬਾਨ ਰਿਸਾਲਤ ਅਬੁਲ ਆਈਮਾ। ਉਹ ਕੌਣ ਸ਼ਖਸੀਅਤ? ਹਜ਼ਰਤ ਇਮਰਾਨ। ਕਿਉਂਕਿ ਸੁਬਾਹ ਦੀ ਮਜਲਿਸ ਸ਼ੁਰੂ ਹੈ ਦਰਸੇ ਆਲੇ ਮੁਹੰਮਦ ਦੇ, ਇੱਥੇ ਬੰਦਾ ਆਵੇ ਕੁਝ ਨਾ ਕੁਝ ਹਾਸਿਲ ਕਰਕੇ ਜਾਵੇ। ਸਰਕਾਰ ਇਮਰਾਨ ਨਿਗਬਾਨ ਰਿਸਾਲਤ ਅਲੀ ਦੇ ਪਾਕ ਬਾਬੇ ਦੀ ਅਜ਼ਮਤ ਸੁਣਾਉਣਾ ਚਾਹੁੰਦਾ। ਸਭ ਤੋਂ ਪਹਿਲੀ ਮਜਲਿਸ ਵਿਲਾਇਤ ਅਲੀ ਹੈ ਦਾਵਤ ਜ਼ੁਲ ਸ਼ੀਰਾ। ਮੇਰੀ ਗੱਲ ਕਿਸੇ ਨੂੰ ਚੰਗੀ ਲੱਗੇ ਤਾਂ ਭਾਵੇਂ ਨਾ ਲੱਗੇ, ਅਤੇ ਸਭ ਤੋਂ ਪਹਿਲਾਂ ਮੁਕੱਸਰ ਹੈ ਅਬੂ ਲਾਹਬ। ਆਖੋ ਬੇਸ਼ੁਮਾਰ ਕਸੀਦਾ ਪੜ੍ਹਦਾ ਪਿਆ ਮੈਂ, ਇਖਤਿਆਰਾਤ ਅਬੂ ਤਾਲਿਬ। ਠੀਕ ਹੈ, ਅਬੂ ਲਾਹਬ ਵੇਖਿਆ ਤਾਂ ਇਮਰਾਨ ਤੂੰ ਵੀ ਰੱਬ ਦਾ ਸਰਦਾਰ ਹੈ, ਮੈਂ ਵੀ ਰੱਬ ਦਾ ਸਰਦਾਰ ਹਾਂ। ਸਰਕਾਰ ਫਰਮਾਇਆ ਚੁੱਪ ਕਰ, ਤੂੰ ਕੰਮੀ ਹੈ ਸਰਦਾਰ, ਫਕਤ ਮੈਂ ਇਮਰਾਨ ਹਾਂ। ਕਸੀਦੇ 'ਚ ਨੇ ਇਖਤਿਆਰਾਤ ਅਬੂ ਤਾਲਿਬ ਮੈਂ ਜਿਹੜੇ ਜਨਾਬ ਨੂੰ ਸੁਣਾਉਣੇ ਨੇ, ਤੁਸੀਂ ਸਰਕਾਰ ਦੀ ਅਜ਼ਮਤ 'ਤੇ ਉੱਚੀ ਸਲਵਾਤ ਪੜ੍ਹੋ ਮੈਂ ਜਨਾਬ ਨੂੰ ਸੁਣਾਉ। ਬਈ ਮਿੰਨਤ ਇਹਨੇ ਬੁਲੰਦ ਆਵਾਜ਼ ਨਾਲ ਦਰੂਦ ਪੜ੍ਹ ਲਓ, ਅੱਲਾਹੁਮਾ ਸੱਲਿ ਅਲਾ ਮੁਹੰਮਦ। ਹੈ ਤਜ਼ਕਿਰਾ ਆਜ ਉਸ ਕਾ ਕਰਤੇ ਹੈ ਜਿਸ ਨੇ ਇਸਲਾਮ ਕੋ ਸੰਭਾਲਾ ਹੈ। ਤਜ਼ਕਿਰਾ ਇਸਲਾਮ ਕੋ ਸੰਭਾਲਾ ਹੈ। ਤਜ਼ਕਿਰਾ ਆਜ ਉਸ ਕਾ ਕਰਤੇ ਹੈ ਜਿਸ ਨੇ ਇਸਲਾਮ ਕੋ ਸੰਭਾਲਾ ਹੈ, ਜਿਸ ਕਾ ਬੇਟਾ
بیٹا علی زمانے میں ذات توحید کا حوالہ. او ہو سلامت رہو حیدری, بڑی مہربانی. میں بسم اللہ کراں جی. جی وہ تذکرہ آج اس کا کرتے ہیں جس نے اسلام کو سنبھالا ہے, تذکرہ آج اس کا کرتے ہیں جس نے اسلام کو سنبھالا ہے, جس کا بیٹا علی زمانے میں ذات توحید کا حوالہ ہے. میں بسم اللہ کراں. سنبھالا ہے جس کا بیٹا علی زمانے میں ذات توحید کا حوالہ ہے. میرے گھر کی مجلس سے بانی ہے علاقے دے بندے, جڑا بندہ گھروں سو چاہ کے آئے بیٹھا ذاکر نال نہیں بولنا, گھروں شیعہ ہے, دل پہ چل دس دھڑکن پہ چل دی, دھڑکن چ محبت عمران رکھ دے, وہ سر چاہے میں بندہ میں نہ کہڑا چپ کر کے لگا جا اپنے تمان نہیں. ابو لاوے کہہ دے عمران جے تو عرب دا سردار ہے و تیرے اختیار کیا ہے. جدا ابو لہب گل کی تھی علی دا پاک بابا مسکرا کے پیا دے میری دہلیز پہ اجازت کو انبیاء و رسول رکتے ہیں. غور کرنا سطر اگے آ رہی ہے تہاڈی زندگی دے راز ہوئے. سرکار عمران پہ فرمائیں دین میری دہلیز پہ اجازت کو انبیاء و رسول رکتے ہیں. اور بھائی میری دہلیز پہ اجازت کو ہن سر چاہے انبیاء و رسول رکتے ہیں, ہر زمانہ جھکے گا چودہ کو مجھ کو چودہ ادب سے جھکتے ہیں. جی وہ بھائی آزادار جی میرے ہاتھ اچھے حیدری, مہربانی بابا کیا کہنے جی. سلامت رہو, میری نوکری ہے جی. سرکار پر فرمائیں دن میری دہلیز پہ اجازت کو انبیاء. خیر اتاو لیا ممبر پاک دوارس سید و زاکرین ذکر دا صدقہ, بیماری کربلا دا صدقہ, سیدہ علیل مالک شفا کلی عطا فرمائے, مالک انہاں دا سایہ سلامت رکھے. غور ہے جی سطر سنو بابا جی, اجازت ہے بھائی. غور ہے جی تہاڈا سرکار عمران نگہبان رسالت ابو الائمہ دی عظمت پہ پڑھدا سرکار پہ فرمائے دین ابو الاب سندا جا میری دہلیز پہ اجازت کو انبیاء و رسول رکتے ہیں, میری دہلیز پہ اجازت کو سنے بھائی انبیاء و رسول رکتے ہیں, ہر زمانہ جھکے گا چودہ کو مجھ کو چودہ ادب سے جھکتے ہیں, مجھ کو چودہ ادب سے جھکتے ہیں. میرا ہر کام ہے خدا سے بھی بالا ہے, میں نے پالا ہے مصطفیٰ لے کے وہ یہ کہتا ہے میں نے پالا. کیا کہنا بھائی زندگی دراز مالک سلامت. مل کے ہاتھ اٹھاؤ حیدری. نگہبان رسالت دعوت ذل شیر, غور ہے جی تہاڈا اختیارات ابو طالب. سرکار میں ابو لہب پہلی گل ہے بھائی کسی بھی مقصر تو ساڈے فضائل برداشت نہیں ہوندے. اج جے میرے اختیار پوچھا نہیں تو آج تینوں علی دا پاک بابا اختیار دساوے. ابو لہب دے پاس سویں کے کائنات دا شہنشاہ پیا فرمائیں دے میری خواہش خدا کی خواہش ہے, رب کی چاہت میرا لبادہ ہے, میری خواہش خدا بھائی ستر سنے ہے, رب کی چاہت میرا لبادہ ہے, میرے بیٹے کا جو بھی منکر ہے کچھ بھی ہو وہ حرام زادہ ہے.
کیا کہنے بھائی، بڑی حوصلہ افزائی، مہربانی جی. ہاتھ اچھے، حیدری مالک سلام. ایک سلوات پڑھ لو میرے شبیر دی عظمت. ایک قصیدہ ہو دے بعد ایک بند ممبر سیدزادے دے حوالے. بہو میں ایک منٹ اور برداشت کر بھائی جان، دو تر منٹ. سلوات پڑھو آل محمد دی عظمت. حکم دیتا میلے اوندا جنتاں دے وچ، اوندا جنتاں دے وچ گھر بار ہو گیا، اوندا جنتاں دے وچ گھر بار ہو گیا، اوندا جنتاں دے وچ بھائی دسا کہندا کہنے بھائی، کیا کہنے. ہاتھ بلند حیدری، زندگیاں سلامت رہو بھائی، زندگی دراز. توضیح دا وقت نہیں، شیر سناونا چاہنا. گل کیوں ایسی نہیں جڑی تو تو چکی ہوئی. او بھائی جان شیر سناوا گل کڑی پیادا. آج میں نساوا تو کو نماز دی، اس ویلے وقت گئی عزت نماز دی، او دو سجدہ نبی دا باوقار ہو گیا، او دو سجدہ نبی دا باوقار ہو گیا، جدو پتہ میں جیون شبیر دے بھائی کیا کہنا. مل کے حیدری تاری زندگی واہ بھائی واہ، تیری زندگی جوانی ماں. اگلی سطر اس بندے واسطے جس ایک بار بھی اپنا ہاتھ سینے تے آندو ہے، ماتمی واسطے، ماتمی دی عزت، ماتمی دا مقام دساونا چاہنا. کیا مقام ہے ماتمی دا سر چاہنا. زامن ہے اللہ خود اودے سکھ چین دا، زامن ہے اللہ خود اودے سکھ چین دا، جیڑا جیڑا بن جاوے ماتمی حسین دا. ماتمی شبیر دا جیون، مہربانی ظفر بھائی، سلامت رہو، زندگی دراز ہوے. زمن ہے اللہ کو دے اودے سکھ چین دا، جیڑا جیڑا بن جاوے ماتمی حسین دا، ہو جیڑا جیڑا بن جاوے ماتمی حسین دا، او تے بخت دا بڑا سردار ہو گیا، او تے بخت دا بڑا سردار ہو گیا، جیڑا زارا دے چانے دا زوار ہو گیا. اچھا کے بولے بولے لیلہ